ਇਹ ਜੀ ਜਗਨਨਾਥ ਇੱਥੇ ਦਾ ਨੰਬਰਦਾਰ ਸੀ ਚੌੜ ਫੁਰਾਰ ਦਾ ਉਹਦੀ ਹਵੇਲੀ ਜਿਹੜੀ ਹੁਣ ਦੋ ਤਿੰਨਾਂ ਹਿੱਸਿਆਂ 'ਚ ਤਕਸੀਮ ਹੋ ਗਈ ਕਿਹੜੇ ਮਹਾਜਰ ਆਏ ਉਹਨਾਂ ਨੇ ਇੱਥੇ ਕਬਜ਼ੇ ਕਰ ਲਏ ਜਾਂ ਉਹਨਾਂ ਨੂੰ ਇਹ ਗੌਰਮੈਂਟ ਵੱਲੋਂ ਮਿਲ ਗਈ ਇਹ ਹੁਣ ਉਹਦੀ ਨਿਸ਼ਾਨੀ ਜਗਨਨਾਥ ਇੱਥੇ ਦਾ ਚੌੜ ਫੁਰਾਰ ਦਾ ਨੰਬਰਦਾਰ ਸੀ ਇਹ ਦਰਵਾਜ਼ੇ ਇਹ ਕਮਰਿਆਂ ਦੇ ਇਹ ਉੱਤੇ ਪਰਦੇ ਇਹ ਤੁਹਾਨੂੰ ਮੈਂ ਅੰਦਰੋਂ ਵੀ ਜਾ ਕੇ ਇਹਦਾ ਸੇਨ ਕਿਹੜਾ ਜੀ ਉਹ ਵੀ ਦਿਖਾਉਂਦਾ ਵਾਂ ਜਗਨਨਾਥ ਚੌੜ ਫੁਰਾਰ ਦਾ ਵੰਡ ਤੋਂ ਪਹਿਲੇ ਨੰਬਰਦਾਰ ਸੀ ਇਹ ਉਹਦੀ ਹਵੇਲੀ ਇਹ ਉੱਤੇ ਉਹਦਾ ਚੁਬਾਰਾ ਇਹ ਮੈਂ ਹੁਣ ਅੰਦਰ ਜਾ ਰਿਹਾ ਜੀ ਸੇਨ ਦੇ ਇੱਥੇ ਇਹ ਪੋਰਸ਼ਨ ਕਿਹੜਾ ਹੈ ਹਿੱਸਾ ਇੱਥੇ ਹੁਣ ਕੋਈ ਨਹੀਂ ਰਹਿੰਦਾ ਹੈਗਾ ਇਹ ਲੋਕ ਕਿਸੇ ਹੋਰ ਪਾਸੇ ਚਲੇ ਗਏ ਕਹਿੰਦੇ ਜੀ ਅਤੇ ਇਹ ਦੇਖੋ ਇਹ ਉਹਦਾ ਬਾਕੀ ਹਿੱਸਾ ਕਿਹੜਾ ਕਿਸੇ ਹੋਰ ਦੇ ਕੋਲ ਇਹ ਹੋਰ ਫੈਮਿਲੀ ਨੇ ਕਬਜ਼ਾ ਕੀਤਾ ਹੋਇਆ ਅਤੇ ਬਣਾਇਆ ਇਹ ਦਰਵਾਜ਼ੇ ਇਹ ਦਰਮਿਆਨ 'ਚ ਬੜੀ ਵਾਲੀ ਵਿੰਡੋ ਸਾਈਡ 'ਤੇ ਛੋਟੀ ਉਰ ਰੋਸ਼ਨਦਾਨ ਇਹ ਸੀੜੀਆਂ ਮੈਂ ਉੱਪਰ ਵੀ ਜਾ ਰਿਹਾ ਜੀ ਸ਼ਾਮ ਹੋ ਰਹੀ ਮਗਰਬ ਦੀਆਂ ਅਜ਼ਾਨਾਂ ਹੋ ਰਹੀਆਂ ਲੇਟ ਹੋ ਗਏ ਸੀ ਇਹ ਦੇਖੋ ਜੀ ਇਹ ਉੱਪਰ ਛੱਤ ਇਹ ਪਰਦੇ ਜਗਨਨਾਥ ਕਿਹੜਾ ਨੰਬਰਦਾਰ ਸੀ ਚੌੜ ਫੁਰਾਰ ਦਾ ਉਹਦੇ ਘਰ ਦੀ ਉਹਦੀ ਹਵੇਲੀ ਦੇ ਅਸੀਂ ਛੱਤ 'ਤੇ ਹੈਗੇ ਜੀ ਇਹ ਜਿਹੜਾ ਹਿੱਸਾ ਬਚ ਗਿਆ ਹੋਇਆ ਇਹ ਕਮਰਾ ਬਚਿਆ ਹੋਇਆ ਉੱਪਰ ਅਤੇ ਇਹ ਛੱਤ ਕਿਹੜੀ ਇਹਦੀ ਇਹ ਦੇਖੋ ਸੁਰਾਖ ਖਸਤਾ ਹਾਲਤ 'ਚ ਆ ਕਿਸੇ ਵਕਤ ਵੀ ਗਿਰ ਸਕਦੀ ਇਹ ਦੇਖੋ ਜੀ ਇਹ ਜਗਨਨਾਥ ਉਹਦੀ ਹਵੇਲੀ ਸੀ ਇਹ ਬਾਕੀ ਘਰ ਚਲੋ ਜੀ ਅਸੀਂ ਹੁਣ ਨੀਚੇ ਉੱਤਰ ਰਹੇ ਹੈਗੇ ਇਹ ਸੀੜੀਆਂ ਛੱਤੀਆਂ ਹੋਈਆਂ ਲੱਕੜੀ ਨਾਲ ਇਹ ਸਾਰੀ ਲੱਕੜੀ ਚੀਲ ਦੀ ਬਹੁਤ ਪਿਆਰੀ ਇਹ ਦਰਵਾਜ਼ਾ ਜੀ ਇਹ ਡੋਟ ਵਾਲਾ ਇਹ ਅਲਮਾਰੀ ਹੋਏਗੀ ਕਿਸੇ ਦੌਰ 'ਚ ਜੀ ਇਹ ਸਾਰਾ ਇਹਦਾ ਹਿੱਸਾ ਸੀ ਜੀ ਇਸ ਹਵੇਲੀ ਦੀ ਇਹ ਜਗ੍ਹਾ ਕਿਹੜੀ ਇਹ ਨਜ਼ਰ ਆ ਰਹੀ ਉੱਥੇ ਹੁਣ ਹੋਰ ਲੋਕ ਆ ਗਏ ਨੇ ਇਹਦੇ ਹਿੱਸੇ ਬਣ ਗਏ ਦੋ ਤਿੰਨਾਂ ਹਿੱਸਿਆਂ 'ਚ ਤਕਸੀਮ ਹੋ ਗਈ ਹੈ ਜਗ੍ਹਾ ਇਹ ਜੀ ਪੁਰਾਣਾ ਜਗਨਨਾਥ ਨੰਬਰਦਾਰ ਕਿਹੜਾ ਸੀ ਚੌੜ ਫੁਰਾਰ ਦਾ ਉਹਦਾ ਘਰ ਮੈਂ ਦਿਖਾ ਰਿਹਾ ਤੁਹਾਨੂੰ ਜੀ ਉਹਦੀ ਹਵੇਲੀ ਇਹ ਅੱਜ ਅਗਰ ਇੰਡੀਆ 'ਚ ਉਹਨਾਂ ਦੇ ਕੋਈ ਵਾਰਿਸ ਕੋਈ ਉਹਨਾਂ ਦੀ ਔਲਾਦ ਕੋਈ ਹੋਵੇ ਤਾਂ ਉਹਨਾਂ ਲਈ ਮੇਰੇ ਵੱਲੋਂ ਪੰਜਾਬ ਦੀ ਵੰਡ ਯੂਟਿਊਬ ਚੈਨਲ ਵੱਲੋਂ ਇਹ ਤੋਹਫ਼ਾ ਵੇ ਉਹਨਾਂ ਦੇ ਉਹਨਾਂ ਦੀ ਖਿਦਮਤ 'ਚ ਉਹਨਾਂ ਲਈ ਉਮੀਦ ਹੈ ਕਿ ਪਸੰਦ ਆਇਆ ਹੋਵੇਗਾ 76 ਸਾਲਾਂ ਬਾਅਦ ਇੱਕ ਜਿਹੜੀ ਹਾਲਤ 'ਚ ਹਵੇਲੀ ਖੜ੍ਹੀ ਹੈਗੀ ਉਹ ਮੈਂ ਤੁਹਾਨੂੰ ਦਿਖਾ ਰਿਹਾ ਜਗਨਨਾਥ ਨੰਬਰਦਾਰ ਚੌੜ ਫੁਰਾਰ ਦਾ ਇੱਕ ਜਗਨਨਾਥ ਹਿੰਦੂ ਸੀ ਜੀ ਸੇਵਾ ਸਿੰਘ ਕਿਹੜਾ ਸੀ ਉਹ ਸਿੱਖ ਨੰਬਰਦਾਰ ਸੀ ਔਰ ਇੱਕ ਰਾਈ ਨੰਬਰਦਾਰ ਵੀ ਹੈਗਾ ਸੀ ਅਤੇ ਇੱਕ ਕਿਹੜਾ ਸੀ ਉਹ ਚੌੜ ਛੋਟੀ ਕਹਿੰਦੇ ਨੇ ਇਹਦੇ ਦਾਖਲੇ ਆਬਾਦੀ ਸੀ ਇੱਕ ਨੰਬਰਦਾਰ ਉੱਥੇ ਦਾ ਵੀ ਸੀ।